जी अच्छा तो हो जाए अच्छा जी चलिए छत्तियां जेड़ियां सा अपना अपना तुसी की सुनिया कल्ला ही भरा सी सुनील ठाकर सिंह भाइयों नाल नारायण सिंह अच्छा तुसी नाम नोट कीते ने सूबे दा ठाकर सिंह जी सराज बड़ी हरनाम सिंह दा भाई है भी मतलब रामदास हरी कमाल कमाल बूहे बारियां भी होए हाले देखो आप लगी देखो किडियां मेहनत कीतियां ने बना देना अरे मगी ठीक है सर ठीक है डिजाइन भी हो गया अपना खुल गया दो लोग गा तक बच कर लो तुम कर लो ਅਸਾਰ ਬਣੇ ਨੇ ਡਿਊਟੀਆਂ ਹਾਂ ਹਾਂ ਰਸੋਈ ਦਾ ਕੰਮ ਵਾਸਤੇ ਤੁਸੀਂ ਸਵਾਲ ਕਰਦੇ ਰਹੇ ਠੀਕ ਹੈ ਜੀ ਜਮੇ ਪਲੇ ਤਿੰਨਾਂ ਭਾਈ ਦੀ ਸ਼ਾਦੀ ਐਸੇ ਕਰ ਚੁ ਵਟਸਐਪ ਆਪਣਾ 0345 6796 0345 6798 9 ਠੀਕ ਹੋ ਗਿਆ ਰਾਣਾ ਗੁਰਦਾਰ ਸਰਦਾਰਾਂ ਨਾਲ ਗੱਲ ਕਰਕੇ ਬੜੇ ਖੁਸ਼ ਹੋਏ ਆ ਅਸੀਂ ਚਾਹੁੰਦੇ ਹਾਂ ਘਰ ਵਿੱਚ ਜਿਹੜੇ ਸਰਦਾਰ ਸਨ ਉਹ ਵੀ ਸਾਡੇ ਨਾਲ ਗੱਪਸ਼ਪ ਨਾਲ ਸੁਬੇਦਾ ਠਾਕਰ ਸਿੰਘ ਸੁਬੇਦਾ ਠਾਕਰ ਉਹਨਾਂ ਦੀ ਨਸਲ ਵਿੱਚ ਉਹਨਾਂ ਦਾ ਜਦੋਂ ਮਰਜ਼ੀ ਆਉਣ ਮੋਸਟ ਵੈਲਕਮ ਅਸੀਂ ਇਨਸ਼ਾਅੱਲਾ ਉਹਨਾਂ ਦਾ ਵੈਲਕਮ ਕਰਾਂਗੇ ਬੜੀ ਖੁਸ਼ੀ ਹੋਈ ਨਰਾਇਣ ਸਿੰਘ ਦੀ ਬੀਵੀ ਵੀ ਦੱਸਦੇ ਬੜੀ ਚੰਗੀ ਅੱਛਾ ਮਹੱਲਿਆਂ ਨੇ ਪੁੱਛਿਆ ਕੋਈ ਐਸੀ ਗੱਲ ਸੁਣਾ ਸ਼ਰੀਰ ਮਹਿਰ ਸਾਡੇ ਮਹੱਲੇ ਦਾ ਹਾਂਜੀ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਪ੍ਰਣਾਮ ਅੱਜ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਢੋਡਾ ਸ਼ਰੀਫ ਦੇ ਵਿੱਚ ਤਹਿਸੀਲ ਪਸਰੂਰ ਦਾ ਬੜਾ ਹੀ ਤਾਰੀਖੀ ਪਿੰਡ ਹੈ ਜੀ ਅਤੇ ਇਸ ਵੇਲੇ ਬਹੁਤ ਵੱਧ ਫੁੱਲ ਗਿਆ ਵੇ ਅਗਰ ਅਸੀਂ 47 ਦੇ ਨਾਲ ਇਹਨੂੰ ਕੰਪੈਰੀਜ਼ਨ ਕਰੀਏ ਤਾਂ ਢੋਡਾ ਇਸ ਵੇਲੇ ਬਹੁਤ ਵੱਡਾ ਪਿੰਡ ਬਣ ਗਿਆ ਅਤੇ ਮੈਂ ਤੁਹਾਨੂੰ ਇਸ ਵੇਲੇ ਪਿੰਡ ਢੋਡੇ ਦਾ ਵਿਊ ਦਿਖਾ ਰਿਹਾ ਜੀ ਅਤੇ ਇਹ ਜਿਹੜਾ ਤੁਹਾਨੂੰ ਰੂਟ ਨਜ਼ਰ ਆ ਰਿਹਾ ਵੇ ਮੋਟਰਸਾਈਕਲ ਵਗੈਰਾ ਗੁਜ਼ਰ ਰਹੀਆਂ ਨੇ ਇਹ ਪੁਰਾਣਾ ਰੂਟ ਹੈ ਜੀ ਪਿੰਡ ਢੋਡੇ ਨੂੰ ਜਿਹੜਾ ਸਾਨੂੰ ਪਿੰਡ ਢੋਡੇ ਤੋਂ ਲੈ ਕੇ ਅੱਗੇ ਆਪਣਾ ਸਰੂਰ ਸਿਟੀ ਵਿੱਚ ਲੈ ਕੇ ਜਾਂਦਾ ਵੇ ਅਤੇ ਬਹੁਤ ਸਾਰੇ ਉਹ ਬਜ਼ੁਰਗ ਜਿਨ੍ਹਾਂ ਨੇ ਇਸ ਰੂਟ ਤੋਂ ਸਫ਼ਰ ਕੀਤਾ ਅਤੇ ਉਹ ਜ਼ਰੂਰ ਜਾਣਦੇ ਹੋਣਗੇ ਜੀ ਆਪਣਾ ਬਰਾਸਤਾ ਸਰੂਰ ਸਿਟੀ ਤੋਂ ਲੈ ਕੇ ਢੋਡਾ ਅੱਗੇ ਸਾਨੂੰ ਤਲਵੰਡੀ ਭਿੰਡਰਾਂ ਤੱਕ ਜਾ ਕੇ ਇਹ ਮਿਲਾਉਂਦਾ ਪਿਆ ਰੂਟ ਅਤੇ ਕਾਫੀ ਸਾਰੇ ਐਸੇ ਲੀਕ ਅਤੇ ਪਿੰਡ ਆਉਂਦੇ ਨੇ ਜੀ ਇਹ ਜੀ ਪਿੰਡ ਢੋਡਾ ਅਤੇ ਇਹ ਛੱਪੜ ਹੁਣ ਇਹ ਨਹੀਂ ਸਾਨੂੰ ਪਤਾ ਕਿ ਪੁਰਾਣਾ ਜਾਂ ਨਵਾਂ ਵੇ ਅਤੇ ਇਹਦੇ ਨਾਲ ਹੀ ਅਗਲੀ ਸਾਈਡ 'ਤੇ ਛੱਪੜ ਦੂਸਰੇ ਪਾਸੇ ਇਹ ਛੱਪੜ ਪੁਰਾਣਾ ਲੱਗਦਾ ਜੀ ਅਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਆ ਬਜ਼ੁਰਗਾਂ ਤੋਂ ਪੁੱਛਣੀ ਕੀ ਕੁਝ ਜਾਣਦੇ ਨੇ ਪਿੰਡ ਢੋਡਾ ਦੀ ਤਾਰੀਖ ਬਾਰੇ ਅਤੇ ਜਿਹੜੇ ਲੋਕ ਇੱਥੋਂ ਸਾਡੇ ਮੁਸਲਿਮ ਕਮਿਊਨਿਟੀ ਦੇ ਭਰਾ ਇੰਡੀਆ ਦੇ ਕਿਹੜੇ ਕਿਹੜੇ ਡਿਸਟ੍ਰਿਕਟ ਤੋਂ ਉੱਠ ਕੇ ਆ ਕੇ ਬੈਠੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਜੱਦੀ ਬਜ਼ੁਰਗ ਅਗਰ ਸਾਨੂੰ ਮਿਲ ਜਾਂਦੇ ਨੇ ਅਤੇ ਉਹਨਾਂ ਤੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 1947 ਤੋਂ ਪਹਿਲੇ ਪਿੰਡ ਢੋਡਾ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਸਨ ਉਹ ਕੌਣ ਕੌਣ ਸਨ ਹਾਂਜੀ ਜੀ ਪਟਵਾਰੀ ਸਾਹਿਬ ਅਸੀਂ ਇਸ ਵੇਲੇ ਰੁੱਖ ਦਾ ਵਿਊ ਦਿਖਾ ਰਹੇ ਹਾਂ ਢੋਡਾ ਦਾ ਰਕਬਾ ਹਾਂਜੀ ਢੋਡੇ ਦਾ ਰਕਬਾ ਤੇ ਜੰਡਾ ਵਾਲਾ ਖੂਹ ਹੈ ਜੀ ਜੰਡਾ ਵਾਲਾ ਖੂਹ ਇਹ ਆਪਣੇ ਸਰਦਾਰਾਂ ਦੇ ਦੌਰ ਦਾ ਪਿੱਪਾ ਵਾਲੇ ਜਿਹੜਾ ਉਹ ਜਿਹੜਾ ਲੱਭਣ ਦੇ ਸਰਦਾਰ ਨਿਹਾਲ ਸਿੰਘ ਨਿਹਾਲ ਸਿੰਘ ਇਹ ਖੂਹ ਹੈ ਤੇ ਖੂਹ ਹਜੇ ਵੀ ਆ ਲੇਕਿਨ ਡੱਲ ਬਣ ਗਈ ਬੰਦ ਹੋ ਗਿਆ ਹੁਣ ਮੋਟਰਾਂ ਟਰਪਾਨਾਂ ਲੱਗ ਗਈਆਂ ਨੇ ਖੂਹ ਹੁਣ ਕੌਣ ਲਾਉਂਦਾ ਇਹ ਉਸ ਦੌਰ ਦਾ ਖੂਹ ਹੈ ਜੀ
ਇਸ ਜਗ੍ਹਾ ਜੀ ਪਿੱਪਲ ਦਾ ਰੋਡ ਪਿੱਪਲ ਉਹਨਾਂ ਦੇ ਹੱਥਾਂ ਪਿੱਪਲ ਵੀ ਉਸੇ ਦੌਰ ਹਾਂਜੀ ਉਹਨਾਂ ਦਾ ਇੱਕ ਬਾਜੀ ਪਿੰਡ ਢੋਡੇ ਦਾ ਤਹਿਸੀਲ ਪਸੂਰ ਦਾ ਬੜਾ ਹੀ ਮਸ਼ਹੂਰ ਪਿੰਡ ਨੌ ਨਵੇਂ ਪਿੰਡ ਜੀ ਤੇ ਇਹ ਤੁਹਾਨੂੰ ਅਸੀਂ ਵਿਊ ਦਿਖਾ ਰਹੇ ਹਾਂ ਢੋਡੇ ਪਿੰਡ ਦਾ ਤੇ ਇੱਥੇ ਅਸੀਂ ਜਾ ਰਹੇ ਹਾਂ ਜੀ ਥੋੜੀ ਦੇਰ ਤੱਕ ਅਸੀਂ ਬਜ਼ੁਰਗਾਂ ਦਾ ਇੰਟਰਵਿਊ ਵੀ ਕਰਾਂਗੇ ਤੇ ਉਹ ਕੋਸ਼ਿਸ਼ ਕਰਾਂਗੇ ਪੁਰਾਣੀਆਂ ਨਿਸ਼ਾਨੀਆਂ ਸਰਦਾਰਾਂ ਲੋਕਾਂ ਦੀਆਂ ਥਾਈਆਂ ਖੂਹ ਦੀ ਜਗ੍ਹਾ ਵੀ ਜਿਹੜੀ ਹੈ ਨਾ ਹਜੇ ਵੀ ਗੌਰਮੈਂਟ ਦੇ ਨਾਂ ਕਿਸੇ ਦੀ ਮਲਕੀਅਤ ਨਹੀਂ ਹੋਈ ਹੈਗੀ ਅੱਛਾ ਜੀ ਹਾਂਜੀ ਵਾਹ ਜੀ ਵਾਹ ਠੀਕ ਹੈ ਜੀ ਇਹ ਪਿੰਡ ਜੀ ਸਾਹਮਣੇ ਤੁਹਾਡਾ ਹਾਂਜੀ ਓਕੇ ਅੱਛਾ ਸਰ ਕੀ ਤੁਸੀਂ ਕਹਿ ਰਹੇ ਹੋ ਇਹ ਕਿੰਨਾ ਦਾ ਡੇਰਾ ਸਰਾਵਾਂ ਦਾ ਖਿਲਾ ਰਿਹਾ ਇੱਥੇ ਹੈ ਆਹੋ ਜੱਦੀ ਇੱਥੋਂ ਦੇ ਰਹਿਣ ਵਾਲੇ ਪਿੰਡ ਸਰਾਜ ਜੱਦੀ ਇੱਥੋਂ ਦੇ ਪਿੰਡ ਰਹਿਣ ਵਾਲੇ ਠੀਕ ਹੈ ਸਰ ਟੋਰੋ ਸਾਈਡ ਤੇ ਕਰੋ ਟਾਰਗੇਟ ਤਸਵੀਰ ਲੈ ਲਓ ਲਿੱਲੇ ਜੀ ਲਿੱਲੇ ਜੀ ਪਿੰਡ ਢੋਡਾ ਜੀ ਆ ਸਕੂਲ ਦੇ ਲਿੱਲਿਆ ਓਏ ਮਾ ਮਜ਼ਾ ਮਾ ਕਿੱਥੇ ਵੇ ਓਏ ਪਤਾ ਨਹੀਂ ਕਿੱਥੇ ਚਲੋ ਠੀਕ ਹੈ ਪਿੰਡ ਢੋਡਾ ਬਲਕਿ ਬੜਾ ਵੱਡਾ ਗੋਲ ਚੱਕਰ ਚ ਕਾਂ ਸ਼ਾਟ ਲਾਉਂਦੇ ਫੋਨ ਨਹੀਂ ਚੁੱਕਣ ਦਿਆ ਇੱਥੇ ਹੀ ਹੋਣਗੇ ਬੜੇ ਜੀ ਨੇ ਦੂਸਰਾ ਇਹ ਖੜਨ ਸਾਹਿਬ ਕਿ ਇਹ ਪਿੰਡ ਢੋਡਾ ਸਨ 47 ਤੋਂ ਪਹਿਲਾਂ ਇੱਥੇ ਸਰਾਜ ਜੱਟ ਹਨ ਠੀਕ ਹੈ ਉਹਦੀ ਵਜ੍ਹਾ ਨਾਲ ਫਿਰ ਇੰਡੀਆ ਤੋਂ ਜ਼ਿਲ੍ਹਾ ਅੰਬਾਲੇ ਤੋਂ ਆ ਗਏ ਗੁੱਜਰ ਆ ਗਏ ਰਾਜਪੂਤ ਆ ਗਏ ਜੀ 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 ਪਹਿਲਾਂ ਇਹ ਪਿੰਡ ਜਿਹੜਾ ਸੀ ਸਰਾਵਾਂ ਦਾ ਸੀ ਢੋਡਾ ਸਰਾ ਬਰਾਦਰੀ ਜੱਟ ਬਰਾਦਰੀ ਵੱਡਾ ਪਿੰਡ ਸਰ ਇਸ ਇਲਾਕੇ ਚ ਨੌ ਨਾਵਾਂ ਤੇ ਸਭ ਤੋਂ ਵੱਡਾ ਪਿੰਡ ਹੈ ਰਕਬੇ ਦੇ ਲਾਦ ਨਾਲ ਵੀ ਵੱਡਾ ਨੌ ਲੰਬੜਦਾਰ ਨੇ ਇਸ ਪਿੰਡ ਦੇ ਬਹੁਤ ਵੱਡਾ ਪਿੰਡ ਹੈ ਸਰਾਵਾਂ ਦਾ ਢੋਡਾ ਸਰਾਵਾਂ ਦਾ ਸਰ ਦੂਸਰਾ ਗੱਲ ਹੈ ਢੋਡੇ ਦੇ ਲੋਕ ਜਿੰਦਾ ਦਿਲ ਵੀ ਨੇ ਚੰਗੇ ਲੋਕ ਨੇ ਜੀ ਜੀ ਪਿਆਰ ਕਰਨ ਵਾਲੇ ਇਹ ਮਿੱਟੀ ਚੰਗੀ ਹੈ ਇਸ ਪਿੰਡ ਦੀ ਮਿੱਟੀ ਚੰਗੀ ਹੈ ਤੇ ਸਾਨੂੰ ਤੇ ਜੋ ਕੁਛ ਮਿਲਿਆ ਸੀ ਢੋਡੇ ਤੋਂ ਹੀ ਮਿਲਿਆ ਵੇਖੋ ਕਿ ਪਿੰਡ ਢੋਡੇ ਤੋਂ ਤਰਬੀਅਤ ਹੋਈ ਢੋਡੇ ਹੀ ਪੜ੍ਹਦਾ ਰਿਹਾ ਢੋਡੇ ਹੀ ਪੜ੍ਹ ਕੇ ਤੇ ਢੋਡੇ ਟੀਚਰ ਲੱਗੇ ਸਰ ਟੀਚਰ ਵੀ ਨੌਕਰੀ ਵੀ ਮੈਂ 8 ਸਾਲ ਇੱਥੇ ਹਾਈ ਸਕੂਲ ਚ ਕੀਤੀ ਢੋਡੇ ਤੇ ਜੋ ਪਿਆਰ ਮੁਹੱਬਤ ਇਸ ਧਰਤੀ ਤੋਂ ਮਿਲਿਆ ਮੈਂ ਬਿਆਨ ਨਹੀਂ ਕਰ ਸਕਦਾ ਇਹ ਅੱਛੇ ਲੋਕਾਂ ਦਾ ਪਿੰਡ ਹੈ ਇੱਥੇ ਮੁਖਤਲਿਫ ਕੌਮਾਂ ਦੇ ਲੋਕ ਬਾਤ ਨੇ ਤੇ ਜ਼ਿੰਦਾ ਦਿਲ ਲੋਕ ਨੇ ਸਾਰੇ ਹੀ ਤੇ ਪਿਆਰ ਕਰਨ ਵਾਲੇ ਲੋਕ ਨੇ ਇਹਦੇ ਚ ਕੋਈ ਸ਼ੱਕ ਨਹੀਂ ਅੱਜ ਵੀ ਪਿਆਰ ਕਰਨ ਵਾਲੇ ਨੇ ਜਿਹੜੇ ਸਾਡੇ ਜੀ ਉਧਰੋਂ ਆਏ ਨੇ ਉਹ ਵੀ ਪਿਆਰ ਵਾਲੇ ਜਿਹੜੇ ਸਾਡੇ ਜੀ ਇੱਥੇ ਰਹਿ ਰਹੇ ਨੇ ਜਿੰਨੇ ਮੁਸਲਮਾਨ ਭਰਾ ਜੀ ਮੁਕਾਮੀ ਜਿਹੜੇ ਜੀ ਮੁਕਾਮੀ ਉਹਨਾਂ ਦੀ ਵੀ ਕੋਈ ਜਵਾਬ ਹੀ ਨਹੀਂ ਮੁਹੱਬਤ ਦਾ ਤੇ ਜਿਹੜੇ ਉਧਰੋਂ ਆਏ ਨੇ ਉਹਨਾਂ ਦੀ ਵੀ ਮੁਹੱਬਤ ਦਾ ਕੋਈ ਜਵਾਬ ਛੱਪੜ ਜੀ ਆ ਤੁਹਾਡੇ ਦਾ ਛੱਪੜ ਹੈ ਬਹੁਤ ਵੱਡਾ ਛੱਪੜ ਹੈ ਇਹ ਜੀ ਪਿੰਡ ਢੋਡਾ ਦੀ ਗਲੀਆਂ ਦਾ ਵਿਊ ਦਿਖਾ ਰਿਹਾ ਤੁਹਾਨੂੰ ਨਹੀਂ ਦੌਲ ਵਾਲੀ ਦੇ ਢੋਡਾ ਵਿਖਾਣ ਆਨੰਦ ਬਸ ਅੱਛਾ ਇਹ ਮਨਕੇਰੀਆਂ ਵਾਲੇ ਨੇ ਓਕੇ ਓਕੇ ਠੀਕ ਹੈ ਮੱਟੀ ਪਾ ਕੇ ਸਪੋਰਟ ਕਰ ਦਿੱਤਾ ਜੀ 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 ਠੀਕ ਇੱਥੇ ਕੋਈ ਨੀ ਸੀ ਓਕੇ ਠੀਕ ਹੈ ਪੁਰਾਣੀ ਨਿਸ਼ਾਨੀ ਪਿੰਡ ਢੋਡਾ ਖਿੜਕੀ ਵੀ ਉਸੇ ਦੌਰ ਦੀ ਦਰਵਾਜ਼ੇ ਉਸੇ ਦੌਰ ਬੈਠਕ ਸੀ ਨਾ ਬਾਹਰ ਘਰ ਕਿਨ੍ਹਾਂ ਦਾ ਸੀ ਸਰ ਸਰਦਾਰ ਠਾਕੁਰ ਸਿੰਘ ਠਾਕੁਰ ਸਿੰਘ ਸੂਬੇ ਦਾ ਠਾਕੁਰ ਆਰਮੀ ਦੇ ਸੂਬੇ ਦਾ ਠਾਕੁਰ ਸਿੰਘ ਸਰਾ ਪਿੰਡ ਢੋਡਾ ਓਕੇ ਜੀ ਅਸੀਂ ਸੂਬੇ ਦਾ ਠਾਕੁਰ ਸਿੰਘ ਦੇ ਘਰ ਅਸੀਂ ਜਾ ਰਹੇ ਹਾਂ ਸਾਨੂੰ ਇਨਵਾਈਟ ਕੀਤਾ ਜੀ ਆਪਣਾ ਸਰ ਰਾਣਾ ਸ਼ਾਹ ਉਸੇ ਦੌਰ ਦੀ ਲੱਗੀ ਜਾ
ਬਾਥਰੂਮ ਬਾਥ ਬਣਾਏ ਨੇ ਇਹ ਚਲੇ ਜਦੋਂ ਕਲੋਜ਼ ਕਰ ਦਿਆ ਵੀ ਉਹਨਾਂ ਨਾਲ ਅੱਛਾ 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 ਜੀ ਇਹ ਜੀ ਜਿਹੜੀ ਜਾਲੀ ਹਵਾ ਵਾਸਤੇ ਰੋਸ਼ਨਦਾਨ ਜਿਹੜਾ ਮਤਲਬ ਹਵਾ ਦੀ ਸਰਕੂਲੇਸ਼ਨ ਪਿੱਲਰ ਨੂੰ ਸੇ ਤੋੜ ਦੇ ਵਾਹ ਜੀ ਵਾਹ ਸੂਬੇਦਾਰ ਠਾਕਰ ਸਿੰਘ ਉਸ ਵੇਲੇ ਆਰਮੀ ਦੇ ਵਿੱਚ ਹਾਂਜੀ ਅੱਛਾ ਬਣਾ ਕੇ ਲਿਓ ਵਾਹ ਜੀ ਇੰਗਲਿਸ਼ ਦੇ ਵਿੱਚ ਠਾਕਰ ਸਿੰਘ ਲਿਖਿਆ ਜੀ ਸੂਬੇਦਾਰ ਠਾਕਰ ਸਿੰਘ ਬੜੀ ਬਾਤ ਹੈ ਜੀ ਬੜੀ ਬਾਤ ਇਹ ਸਿਰਫ ਲੈਂਦੇ ਪੰਜਾਬ ਚ ਨਿਸ਼ਾਨੀਆਂ ਲੱਭਦੀਆਂ ਨੇ ਲੈਂਦੇ ਚੜ੍ਹਦੇ ਪੰਜਾਬ ਚ ਨਿਸ਼ਾਨੀਆਂ ਹਰ ਪਾਸੇ ਨੇ ਸੂਬੇ ਦਾ ਠਾਕਰ ਸਿੰਘ ਜੀ ਸਰਾਜ ਬੜੀ ਹਰਨਾਮ ਸਿੰਘ ਦਾ ਭਾਈ ਹੈ ਮਤਲਬ ਰਾਮਦਾਸ ਹਰੀ ਕਮਾਲ ਕਮਾਲ ਹੋ ਗਿਆ ਬੂਹੇ ਬਾਰੀਆਂ ਵੀ ਉਹ ਹੀ ਛੱਤ ਹੈ ਸਭ ਕੁਝ ਹੁਣ ਤੱਕ ਛੱਤੀਆਂ ਜਿਹੜੀਆਂ ਸਨ ਕੱਲਾ ਹੀ ਭਰਾ ਸੀ ਸੁਨੀਲ ਠਾਕਰ ਸਿੰਘ ਭਾਈ ਨਰਾਇਣ ਸਿੰਘ ਅੱਛਾ ਤੁਸੀਂ ਨਾਂ ਨੋਟ ਕੀਤੇ ਨੇ ਉਹਨਾਂ ਦਾ ਭਾਈ ਨਰਾਇਣ ਸਿੰਘ ਬਹਾਦਰ ਸਿੰਘ ਬਹਾਦਰ ਸਿੰਘ ਬਾਰੀਆਂ ਹੋਏ ਦੋ ਵਾਰੀ ਵੀ ਲੱਗੀ ਤੇ ਤਿੰਨੋ ਭਰਾ ਇਸੇ ਘਰ ਵਿਚ ਜਿਹੜਾ ਸੀ ਨਾ ਨਰਾਇਣ ਸਿੰਘ ਉਹਦਾ ਘਰ ਉਧਰ ਅੱਛਾ ਕੋਈ ਚੇਂਜ ਨੀ ਹੋਇਆ ਕੋਈ ਖਿੜਕੀਆਂ ਦਰਵਾਜ਼ੇ ਮਤਲਬ ਅੱਛਾ ਆਪਣਾ ਨਾਮ ਕੀ ਹੈ ਜੀ ਰਾਣਾ ਮੁਸ਼ਤਾਕ ਰਾਣਾ ਮੁਸ਼ਤਾਕ ਤੁਸੀਂ ਸੰਤਾਲੀ ਵੇਲੇ ਤੁਹਾਡੇ ਬਜ਼ੁਰਗ ਇੰਡੀਆ ਤੋਂ ਆਪਣਾ ਕਰਨਾਲ ਪਾਣੀਪਤ ਅੱਛਾ ਜ਼ਿਲ੍ਹਾ ਕਰਨਾਲ ਤਹਿਸੀਲ ਪਾਣੀਪਤ ਪਿੰਡ ਬਹੁ ਬਸਵਾਣਾ ਠੀਕ ਹੈ ਤੇ ਤੁਹਾਨੂੰ ਪਿੰਡ ਢੋਡੇ ਵਿਚ ਘਰ ਸਰਦਾਰ ਠਾਕਰ ਸਿੰਘ ਦਾ ਅਲਾਟ ਹੋਇਆ ਇਹਦਾ ਘਰ ਅਲਾਟ ਹੋਇਆ ਠੀਕ ਹੈ ਪਹਿਲੇ ਸਾਨੂੰ ਰਕਮਾ ਵੀ ਅਲਾਟ ਹੋਇਆ ਸੀ ਲੇਕਿਨ ਸਮਾਲ ਦੇ ਵਿਚ ਫਿਰ ਉਹ ਰਕਮਾ ਤੋਂ ਕਿਸੇ ਹੋਰ ਨੀ ਮਿਲ ਗਿਆ ਜੀ ਸਾਨੂੰ ਹੋਰ ਅਲਾਟ ਹੋ ਗਿਆ ਜੀ ਤੇ ਐਸੇ ਤੁਹਾਡੇ ਬਜ਼ੁਰਗ ਕੀ ਆਪਣਾ ਦੱਸਦੇ ਸਨ ਕੈਸੇ ਹਾਲਤ ਦੇ ਵਿਚ ਘਰ ਤੁਹਾਨੂੰ ਮਤਲਬ ਕੇਅਰ ਮਿਲਿਆ ਜਿਸ ਹਾਲਤ ਦੇ ਵਿਚ ਅੱਜ ਖੜਾ ਹੋਏ ਤਕੜੀ ਦਿਲ ਚ ਖਿਆਲ ਨੀ ਆਇਆ ਕਿ ਯਾਰ ਇਹਨੂੰ ਜਰਾ ਸਰਾਉਣ ਅੱਜ ਕੱਲ ਹੋ ਰਿਹਾ ਮਾਲਿਸ਼ ਕਰਕੇ ਪੁਰਾਣੇ ਘਰ ਸਾਡੇ ਭਰਾਵਾਂ ਨੇ ਅੱਛਾ ਸਾਡੇ ਤੋਂ ਵੱਡਾ ਭਾਈ ਨੀ
مکان تھوڑے بہت بچے جو ہو گئے سارے پھر تھوڑے جی 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 دوبارہ بنایا چاچو جی مینو پتا لگا ایک اجے ورما انڈیا تو ریکویسٹ کر رہے سن کہ سارے بزرگ ٹوڈے پنڈ تو اٹھ کے گئے سن تارے ویلے مینا بازار بھی ہے اتنے کوئی پرانا مینا بازار نہیں ہاں ڈوگرے بازار اچھا ڈوگرے بازار جتھے سنار سنارے دکان ہوں اچھا وہ گلی موجود ہے اج بھی بازار بزرگ بس ہے اچھا ٹھیک ہے جی اسی اس ویلے چھاتے کھڑے ہیں سردار صوبے دار ٹھاکر سنگھ جی 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 اس ویلے پنڈ ٹوڈا تو بہت ود گیا سنتالی جام والا جام والا بوٹا کچا پچھوٹر جی سردار نارائن سنگھ صوبے دار ٹھاکر سنگھ کا چھوٹا بھائی وڈا بھائی سردار نارائن سنگھ بہت ودیا جی رسوئی کا کام استعمال کر دے ساڈی گوت اصل تے ہے تے اتور اسی بزرگ اپنا ساڈے بزرگ اسی تحصیل پانی بات پنڈ بہت سوانا ضلع کرنا سردار گل کر کے بڑے خوش ہوئے ابھی چاہنے ایس گھر جہاں سردار سن وہ بھی سارے کتنے گپ شپ بنا رہے صوبے دار ٹھاکر سنگھ جدو مرضی آن موسٹ ویلکم اسی ان شاء اللہ انہوں نے ویلکم کر نارائن سنگھ کی بیوی بھی دس دے بڑی چنگی اچھا محلے شریف مہر سڈے محلے کا بابا بزرگ ان میں صبح پوچھا بھائی یار جہاں سڈے گھر کا پہلے اتنے صوبے دار ڈاکٹر سنگھ یہ کہہو جہ جی ہے انہیں کیا یار وہ بڑے چنگے ہیں وہ بھائی وڈے جی نا بیوی نارائن سنگھ کی وہ بھی بڑی اچھی محلے دیکھنا جی تھی اما کہ ماڑے کو پوچھ لیجیے نا بھائی کوئی چیز کی ضرورت ہے پرونا ویچنا دھد دے دینا کوئی چیز دے دینی اس طرح وہ بھی بڑے ساڈا انجن نہ پیار کر دیا میں کہا یار پھر انہوں نے کہا جی جی گئے ہاں سارے پالنا کپڑا
ਬਾਕੀ ਚਾਚੀ ਜੀ ਆਪਣਾ ਅਪਲੋਡ ਹੋਣ ਦੀ ਦੇਰ ਤੇ ਮੈਨੂੰ ਫੁੱਲ ਉਮੀਦ ਹੈ ਕਿ ਜਿਹੜੇ ਆਪਣਾ ਸੂਬੇ ਦਾ ਠਾਕਰ ਸਿੰਘ ਇਹਨਾਂ ਦੇ ਘਰ ਵਿਚੋਂ ਜਿਹੜੀ ਇਹਨਾਂ ਨੂੰ ਇਲਾਜ ਹੈ ਪੁੱਤਰ ਪੋਤੇ ਪੜਪੋਤੇ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਾਂਗੇ ਕਰਤਾਰਪੁਰ ਜਦੋਂ ਆਉਣ ਇਨਸ਼ਾਅੱਲਾ ਸਾਡੇ ਕੋਲ ਆਉਣਾ ਸੀ ਗੱਲ ਕਰਾਂਗੇ ਅੱਛਾ ਜੀ ਅੱਛਾ ਓਕੇ ਸ਼ੁਕਰੀਆ ਜੀ ਬਹੁਤ 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 ਇੱਕ ਤਸਵੀਰ ਤੁਸੀਂ ਗਰੁੱਪ ਫੋਟੋ ਦੇਣੀ ਇੱਥੇ ਪਿੱਛੇ ਦਾ ਵਿਊ ਆ ਸ਼ਾਟ ਹਾਂਜੀ ਸਰ ਜੀ ਜੀ ਸਰ ਅਸੀਂ ਇਨਸਾਨੀਅਤ ਨੂੰ ਸਲਾਮ ਕਰਨੇ ਆ ਇਨਸਾਨੀਅਤ ਜਿੰਦਾਬਾਦ ਜੀ ਜੀ ਇਹ ਸਰਦਾਰ ਠਾਕਰ ਸਿੰਘ ਤੁਹਾਡੇ ਦੇ ਘਰ ਦੇ ਵਿਚ ਮੌਜੂਦ ਆ ਤੇ ਅਸੀਂ ਨਹਾਇ ਤੇ ਅਦਬ ਨਾਲ ਪਿਆਰ ਨਾਲ ਉਹਨਾਂ ਦਾ ਸਵਾਗਤ ਕਰਨੇ ਆ ਕਿ ਉਹ ਆਉਣ ਆਪਣੇ ਘਰ ਆਉਣ ਤੇ ਬਾਰ ਬਾਰ ਆਉਣ ਜੀ ਜੀ ਤੇ ਉਹਨਾਂ ਦੇ ਘਰ ਦੇ ਵਿਚ ਅਸੀਂ ਮੌਜੂਦ ਆ ਤੇ ਬਲਕਿ ਬੜਾ ਜਿਹਾ ਦਿਲ ਖੁਸ਼ ਹੋਇਆ ਗੱਲ ਕਰਕੇ ਮੁਹੱਬਤ ਕਰਕੇ ਪੁਰਾਣਾ ਨਿਸ਼ਾਨ ਵੇਖ ਕੇ ਉਹਨਾਂ ਦਾ ਸਾਹਿਬ ਨੇ ਜਿਹੜਾ ਘਰ ਸੰਭਾਲਿਆ ਇਹ ਵੇਖ ਕੇ ਬੜੀ ਖੁਸ਼ੀ ਹੋਈ ਏ ਕਿ ਇਹਨਾਂ ਸਾਰੀਆਂ ਨਿਸ਼ਾਨੀਆਂ ਦਿਲ ਨਾਲ ਲਾ ਕੇ ਰੱਖੀਆਂ ਜੀ 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 ਇਹਨਾਂ ਦਾ ਪਿੰਡ ਏ ਬਹੁ ਕੇ ਸੁਹਾਣਾ ਤਹਿਸੀਲ ਪਾਣੀ ਪਾ ਜ਼ਿਲ੍ਹਾ ਕਰਨਾਲ ਇਹ ਵੀ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਕੋਈ ਸਾਡੇ ਘਰਾਂ ਚ ਰਹਿ ਰਹੇ ਇਸ ਉਮੀਦ ਤੇ ਇਸ ਘਰ ਨੂੰ ਡਿਮਾਲਿਸ਼ ਨਹੀਂ ਕੀਤਾ ਹੋਰ ਸਾਡਾ ਘਰ ਵੀ ਬਚਿਆ ਹੋਇਆ ਸਾਡੇ ਇਹਨਾਂ ਨਾਲ ਰਾਬਤਾ ਕਰਨ ਤੇ ਬੜੇ ਪਿਆਰ ਵਾਲੇ ਜੀ ਨੇ ਸਾਰੇ ਉਹ ਜੀ ਆਪਣਾ ਨਜ਼ਰ ਆ ਰਿਹਾ ਮਤਲਬ ਜਾਲੀ ਲੱਗੀ ਇਸ ਜਾਲੀ ਦੀ ਜਿਹੜੀ ਨਿਸ਼ਾਨੀ ਹੈਗੀ ਕਾਇਮ ਹੈ ਇਹ ਇਹਨਾਂ ਦੀ ਮੁਹੱਬਤ ਪਿਆਰ ਖਲੂਸ ਨਿਸ਼ਾਨੀ ਹੈ ਕਿ ਇਹਨਾਂ ਨੇ ਕਿਸੇ ਚੀਜ਼ ਨੂੰ ਹਲਾਇਆ ਨਹੀਂ ਬਿਲਡਿੰਗ ਗਵਾਹੀ ਦੇ ਰਹੀ ਹੈ ਬਿਲਡਿੰਗ ਗਵਾਹੀ ਦੇ ਰਹੀ ਹੈ ਇਹਨਾਂ ਦੀ ਮੁਹੱਬਤ ਪਿਆਰ ਖਲੂਸ ਦਾ ਇਹ ਬਿਲਡਿੰਗ ਜਿਹੜੀ ਨੇ ਗਵਾਹੀ ਦੇ ਰਹੀ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਅਸੀਂ ਬਿਲਖਸੂਸ ਰਾਣਾ ਸ਼ਾਹ ਸਾਹਿਬ ਦੇ ਸ਼ੁਕਰ ਗੁਜ਼ਾਰ ਆ ਤੁਸੀਂ ਸਰ ਸਾਨੂੰ ਇਨਵਾਈਟ ਕੀਤਾ ਤੇ ਮਤਲਬ ਤਿਆਗ ਪਿੰਡ ਢੋਡਾ ਵਿਚ ਆਓ ਇੱਕ ਘਰ ਸਾਡੇ ਕੋਲ ਹੈ ਸੂਬੇ ਦਾ ਠਾਕਰ ਸਿੰਘ ਦਾ ਤੁਸੀਂ ਆ ਕੇ ਵੇਖੋ ਤੇ ਸਾਡਾ ਦਿਲ ਬਹੁਤ ਖੁਸ਼ ਹੋਇਆ ਜੀ ਘਰ ਵੇਖ ਕੇ ਤੇ ਤੁਸੀਂ ਕੋਈ ਕਹਿਣਾ ਸਾਹਿਬ ਨੰਬਰ ਹੈ 0347 65 2011 0347 65 2011 ਠੀਕ ਮੇਰਾ ਰਾਬਤਾ ਕਰ ਸਕਦੇ ਠੀਕ ਹੈ ਓਕੇ ਜੀ ਓਕੇ ਠੀਕ ਹੈ ਚਾਚੂ ਜੀ ਬਹੁਤ ਸ਼ੁਕਰੀਆ ਓਕੇ ਜੀ ਦਰਵਾਜ਼ਾ ਗੰਗਾਰਾਮ ਸਰ ਗੰਗਾਰਾਮ ਅੱਛਾ ਪਿੰਡ ਢੋਡਾ ਪਿੰਡ ਢੋਡਾ ਤੇ ਗੰਗਾਰਾਮ ਸੁਨਿਆਰਾ ਤੇ ਇਹਨਾਂ ਦੀ ਮੀਨਾ ਬਾਜ਼ਾਰ ਚ ਸੋਨੇ ਦੀ ਦੁਕਾਨ ਅੱਛਾ ਜੀ ਜੀ ਆ ਵੇਖੋ ਨਾ ਘਰ ਦਾ ਵਿਊ ਵੇਖੋ ਮਿਹਨਤ ਕੀਤੀ ਦਰਵਾਜ਼ਿਆਂ ਤੇ ਕਿਆ ਬਾਤ ਹੈ ਉੱਤੇ ਛੱਤ ਦੇ ਵੇਖੋ ਉਦੋਂ ਦੇ ਪੱਖਰ ਪਿਆ ਜੀ ਅੱਛਾ 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 ਜੀ 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 ਕੁੰਡਾ ਵੀ ਦੌੜ ਲੱਗਾ ਜੀ ਜੀ ਹਾਂਜੀ ਕੁੰਡਾ ਵੀ ਜੀ ਉਸੇ ਦੌੜ ਦਾ ਹੀ ਹੈ ਅੱਛਾ ਜੀ ਵੇਖੋ ਬੜੇ ਬੜੇ ਬਦਨੀ ਕੁੰਡੇ ਸਰ ਦਾ ਵੇਟ ਚੈੱਕ ਕਰੋ ਅੰਦਾਜ਼ਾ ਦੱਸੋ ਆਪਣਾ ਅੰਦਾਜ਼ਾ 3 ਕਿਲੋ ਹੈ 3 ਕਿਲੋ ਦਾ ਕੁੰਡਾ ਹੀ ਖਾਣੀ ਹਾਂ